मेनू तो समझ नहीं आती बेचारे मामा जी गल किवें शुरू करनगे। बेचारे बचूरे कोई नहीं, मामे का रिश्ता ही साले वाला अकड़ो दे जो जीजा नालों भी वध आ। नाले जे डैडी ने तड़फड़ की ना मामे ने घूर भी देना उन्होंने। जीजा जी होर मैनू किन्ना चिर घूरी जाना, मैं बह जा तुहानू तां पता मेरे तो बाल चिर खड़िया नहीं जाता। क्यों तेरे जवाक होने वाला जिहड़ा तेरे तो खड़ा नहीं जाता। क्यों मेरे नाल लुचियां गल्लां करदे हो जीजा जी, मैं तो अग्गे नहीं खड़िया जाता। आप तो तेरे तो खड़िया नहीं जाता पर मेरी जान उसे आप खड़ा करता। पर मैनू पता नहीं क्यों लगी जाता है डैडी ने नहीं मनना। यार तेन फिर मामे की कन्विंसिंग पावर का नहीं पता, उन्हें डैडी बोलने नहीं देना। बोलो बोलो जिन्ना बोलना, कोई गल दिल च रह ना जाए, जमा झिझक मनन दी लोड़ नहीं। जिदी झिझक मननी सी जद ओही नहीं रही तू तीए तो मेरा साला लगदा जिदी मैं झिझक मनूं। माफ करना जीजा जी, साला तो मैं थोड़ा पहले थाई लगदा, जे तुसी मन्नो तां। ओ सालिया शकल तेरी सालिया अरगिया करतूतां तू जीजे वालियां करदा, भाण जा पुत्तां बराबर हुंदा, जदों कुत्ते कम च पिया सी ते तो समझा नहीं होया। जीजा जी तुसी तां मैनूं ऐ घूरी जांदे हो जिवें उहदी लव लैटर मैं डिलीवर करदा रहा होवां। मैनूं तां आप कल पता लगिया। ਬੜਾ ਤੂੰ ਉਹਨੂੰ ਗੋਡਿਆਂ ਥੱਲੇ ਲੈ ਲਿਆ। ਮੈਂ ਉਹਨੂੰ ਕੀ ਗੋਡਿਆਂ ਥੱਲੇ ਲੈਣਾ ਜੀ, ਮੇਰੇ ਤੋਂ ਤਾਂ ਆਪ ਨਹੀਂ ਖੜਿਆ ਜਾਂਦਾ। ਖਾਨਾ ਤੂੰ ਸਵਾ ਦਾਤਣ ਵਰਗੇ ਲੱਤਾਂ ਤੇ ਤਾਂ ਪਲਾਜ਼ਾ ਖੜਾ ਕਰੀ ਫਿਰਦਾ, ਮੇਰੀ ਤਾਂ ਬਾਕਰ ਮਿਲੇ ਨਾਲ ਦੁਸ਼ਮਣੀ ਪਵਾਤੀ। ਉਹ ਜੀਜਾ ਜੀ ਕੀ ਤੁਸੀਂ ਜਾਲੀ ਜੇ ਬਦਮਾਸ਼ ਤੋਂ ਡਰੀ ਜਾਂਦੇ ਹੋ? ਆ ਜਾਂ ਦੋ ਉਹਨੂੰ, ਮੈਂ ਖੜਾ। ਓਏ ਖੜਿਆ ਤੇ ਤੋ ਜਾਂਦਾ ਨਹੀਂ, ਦਾਵੇ ਪਤਾ ਨਹੀਂ ਤੂੰ ਕਿਹੜੇ ਦਮ ਤੇ ਮਾਰਦਾ। ਇਹ ਤਾਂ ਸ਼ੁਕਰ ਕਰ ਰਹੇ ਨੇ ਮੌਕੇ ਤੇ ਬਾਈ ਮਿਸਟੇਕ ਉਹਦੇ ਕੋਲ ਗੋਲੀ ਨਹੀਂ ਚੱਲੀ, ਨਹੀਂ ਤੇਰੀ ਭੈਣ ਉੱਪਰ ਬੈਠੀ ਉਹਨੇ ਕਰਤੀ ਸੀ ਰੰਡੀ। ਉਹ ਜੀਜਾ ਜੀ ਕੂਲ ਕੂਲ ਕੂਲ, ਇਹੋ ਜਿਹੇ ਮਸਲੇ ਆਰਾਮ ਨਾਲ ਬਹਿ ਕੇ ਹੱਲ ਹੁੰਦੇ ਨੇ। ਸਿੱਧਾ ਕਹਿ ਮੈਥੋਂ ਖੜਿਆ ਨਹੀਂ ਜਾਂਦਾ, ਸਾਲਾ ਨੇ ਬਹਾਨੇ ਬੈਠਣ ਨੂੰ ਫਿਰਦਾ। ਮਾਮਾ ਭਾਣ ਜਾ ਰਲ ਕੇ ਬਹਿ ਗਏ ਮੇਰੀਆਂ ਜੜਾਂ 'ਚ। ਅੰਦਰਲੀ ਗੱਲ ਸਮਝੋ ਜੀਜਾ ਜੀ, ਆਪਣਾ ਰਾਜਵੀਰ ਹਰਮਨ ਨੂੰ ਪਿਆਰ ਕਰਦਾ। ਕਰੀਏ ਬੇ ਪਿਆਰ, ਮੈਨੂੰ ਨਹੀਂ ਕੋਈ ਇਤਰਾਜ਼, ਪਰ ਵਿਆਹ ਉਹਦਾ ਬਿੱਲੇ ਦੀ ਕੁੜੀ ਨਾਲ ਹੀ ਹੋਊਗਾ ਕਿਉਂਕਿ ਬਲਵੰਤ ਪੂਨੀਆ ਉਹਨੂੰ ਆਪਣੀ ਜ਼ੁਬਾਨ ਦੇ ਚੁੱਕਿਆ। ਮਾਫ ਕਰਨਾ ਜੀਜਾ ਜੀ, ਜ਼ਬਾਨ ਤਾਂ ਨਿੱਕਾ ਪੂਨੀਆ ਵੀ ਦੇ ਚੁੱਕਿਆ। ਮੈਨੂੰ ਤੇਰੀ ਬਕਵਾਸ 'ਚੋਂ ਬਗਾਵਤ ਦੀ ਮੁਸ਼ਕ ਆ ਰਹੀ ਹੈ, ਅੱਜ ਤੈਨੂੰ ਫੈਸਲਾ ਕਰਨਾ ਹੀ ਪਊਗਾ। ਬਾਈ ਤੂੰ ਜੀਜੇ ਵੱਲ ਦਾ ਜਾਂ ਤੀਜੇ ਵੱਲ ਦਾ? ਹੁਣ ਚੁੱਪ ਕਿਉਂ ਬੋਲ? ਹੁਣ ਰਾਜਵੀਰ ਨੂੰ ਜਾ ਕੇ ਤੂੰ ਕਹੇਂਗਾ ਕਿ ਕੁੜੀ ਨੂੰ ਉਹਦੇ ਘਰੇ ਛੱਡ ਕੇ ਆਵੇ ਕਿ ਮੈਂ ਜਾ ਕੇ ਕਹਾਂ? ਠੀਕ ਹੈ ਜੀਜਾ ਜੀ, ਜੇ ਇਹ ਗੱਲ ਹੈ ਨਾ ਤਾਂ ਤੁਸੀਂ ਆਪ ਹੀ ਕਹਿ ਲਓ। ਮੈਂ ਤਾਂ ਕਹੂੰਗਾ ਹੀ, ਤੇਤੋਂ ਤਾਂ ਖੜਿਆ ਨਹੀਂ ਨਾ ਜਾਂਦਾ। ਸਟੂਪਿਡ ਪੰਡਿਤ ਜੀ, ਬਿੱਲਾ ਜੀ ਘਰੇ ਹੈਗੇ ਵੀ ਨੇ, ਬਾਹਰ ਜੀਪ ਤਾਂ ਹੈ ਨਹੀਂ। ਜੀਪ ਹੋਵੇ ਨਾ ਹੋਵੇ, ਆ ਘੋੜਾ ਤਾਂ ਪਿਆ, ਇਹਦਾ ਮਤਲਬ ਘਰੇ ਹੀ ਨੇ। ਸਰਦਾਰ ਜੀ ਦੇਖਿਓ ਭਰਿਆ ਹੋਇਆ ਕਿ ਖਾਲੀ ਆ। ਯਾਰ ਤੈਨੂੰ ਭਰੇ ਖਾਲੀ ਨਾਲ ਕੀ ਆ, ਤੂੰ ਇੱਕ ਸ਼ਰਲ ਦੀ ਮਾਰ ਆ, ਤੇਰੇ ਵਰਗਾ ਤਾਂ ਇਹਨੂੰ ਦੇਖ ਕੇ ਖਾਲੀ ਹੋ ਜਾਂਦਾ, ਸੁੱਸੂ ਜੋ ਨਿਕਲ ਜਾਂਦਾ। ਭੁਲੇਖੇ 'ਚ ਨਾ ਰਿਹੋ, ਜਾਗਰ ਬਿੱਲਾ ਹਰ ਵੇਲੇ ਲੋੜ ਕਰਕੇ ਰੱਖਦਾ ਹੈ। ਬਿੱਲਾ ਜੀ ਇਹਦਾ ਮੂੰਹ ਪਰਾਂ ਨੂੰ ਕਰ ਲਓ, ਕਈ ਵਾਰ ਬਾਈ ਮਿਸਟੇਕ ਚੱਲ ਜਾਂਦੀ ਹੁੰਦੀ ਆ। ਪੰਡਿਤ ਜੀ ਬਾਈ ਮਿਸਟੇਕ ਉਦੋਂ ਚੱਲਦੀ ਜਦੋਂ ਸਫਾਈ ਲਈ ਹੋਵੇ, ਜਦੋਂ ਮਸਲਾ ਕਰਦਾ ਹੋਵੇ ਤਾਂ ਮਿੱਥ ਕੇ ਚਲਾਈਦੀ ਆ। ਪੂਨੀਆ ਪੂਨੀਆ ਨੀ, ਪੂਨੀਆ ਸਾਹਿਬ ਕਹਿ। ਸਾਬਕ ਹੋਣ ਵਾਲੇ ਤੇਰੇ ਲੱਛਣ ਹੈ, ਇਹ ਕੋਈ ਗੱਡੇ ਗੁੱਡੀ ਦਾ ਖੇਲ ਹੈ? ਜਦੋਂ ਮਰਜ਼ੀ ਰਿਸ਼ਤਾ ਜੋੜ ਲਓ, ਜਦੋਂ ਮਰਜ਼ੀ ਤੋੜ ਲਓ। ਹੱਥਾਂ ਨਾਲ ਗੰਢਾਂ ਦਿੱਤੀਆਂ ਹੋਈਆਂ ਨਾ, ਦੰਦਾਂ ਨਾਲ ਖੋਲਣੀਆਂ ਪੈਂਦੀਆਂ। ਸਰਦਾਰ ਸਾਹਿਬ ਬੰਦਾ ਕਾਰੀਗਰ ਚਾਹੀਦਾ, ਖੁੱਲ ਤਾਂ ਪਲਾਸ ਨਾਲ ਵੀ ਜਾਂਦੀਆਂ। ਨਾਲੇ ਇਹ ਕਿੱਥੋਂ ਦਾ ਇਨਸਾਫ ਹੈ, ਗੰਢਾ ਮਾਰੇ ਨਿੱਕਾ ਪੂਨੀਆ, ਖੋਲਣ ਲਈ ਖੱਜਲ ਆਉਂਦਾ ਫਿਰ ਵੱਡਾ ਪੂਨੀਆ। ਨਾ ਜਿਹੜੀ ਮੇਰੀ ਬੇਇੱਜ਼ਤੀ ਘਰ ਵਾਲਾ ਕੇ ਕੀਤੀ ਹੈ ਉਹਦਾ ਇਨਸਾਫ ਕੌਣ ਕਰੂ? ਉਹਦਾ ਇਨਸਾਫ ਮੈਂ ਕਰ ਦਿੰਦਾ। ਤੁਸੀਂ ਇਹਨਾਂ ਦੇ ਘਰੇ ਗਏ ਹੋ, ਇਹਨਾਂ ਨੇ ਤੁਹਾਡੀ ਬੇਇੱਜ਼ਤੀ ਕੀਤੀ, ਹੁਣ ਇਹ ਤੁਹਾਡੇ ਘਰੇ ਆਏ ਹੋਏ ਨੇ, ਤੁਸੀਂ ਇਹਨਾਂ ਦੀ ਬੇਇੱਜ਼ਤੀ ਕਰਦੇ? ਸਾਹਿਬ ਬਰਾਬਰ ਕੀ ਬਕਵਾਸ ਕਰ ਰਿਹਾ। ਚਲੋ ਮੰਨਿਆ ਬੇਇੱਜ਼ਤੀ ਨਾਲ ਬੇਇੱਜ਼ਤੀ ਕੈਂਸਲ ਹੋ ਗਈ, ਪਰ ਮੈਂ ਲੋਕਾਂ ਨੂੰ ਕਿਹੜਾ ਮੂੰਹ ਦਿਖਾਊਂਗਾ? ਆਹੀ ਮੂੰਹ ਦਿਖਾ ਦੀ ਜਿਹੜਾ ਜੇਲ੍ਹ ਯਾਤਰਾ ਤੋਂ ਬਾਅਦ ਦਿਖਾਇਆ ਸੀ। ਜੇਲ੍ਹ ਯਾਤਰਾ ਮੈਂ ਬਾਈ ਮਿਸਟੇਕ ਕਤਲ ਕਰਕੇ ਕੀਤੀ ਸੀ। ਜੇ ਤੂੰ ਚਾਹੁੰਦਾ ਕਿ ਰਾਸ਼ਨ ਕਾਰਡ ਤੇ ਤੇਰੇ ਨਾਂ ਦੀ ਚੀਨੀ ਹਜੇ ਵੀ ਮਿਲਦੀ ਰਵੇ ਤਾਂ ਆਪਦੇ ਮੁੰਡੇ ਨੂੰ ਕਹਿ ਦੀ ਕਿ ਸਿਹਰਾ ਬੰਨ ਕੇ ਚੁੱਪ ਚਾਪ ਮੇਰੇ ਘਰ ਆ ਜਾਏ। ਸਿਹਰਾ ਬੰਨ ਕੇ ਤਾਂ ਰਾਜਵੀਰ ਹੁਣ ਉੱਥੇ ਢੁੱਕੂਗਾ ਜਿੱਥੇ ਉਹ ਚਾਹੁੰਦਾ, ਉਹ ਵੀ ਚੁੱਪ ਚੁੱਪੀ ਤੇ ਨਹੀਂ ਪੂਰੇ ਢੋਲ ਢਮੱਕੇ ਨਾਲ। ਨਿਉਤਾ ਦੇ ਚੱਲਿਆ ਬਲਵੰਤ ਸਿੰਘ ਪੂਨੀਆ, ਆ ਜੀ ਅਗਲੇ ਸਾਲ ਲੋਹੜੀ ਤੇ ਧੂਣੀ ਆ, ਵੇਖੀ ਫਿਰ ਧਮਾਲਾਂ ਪੈਂਦੀਆਂ ਜਦੋਂ ਨਿੱਕੇ ਪੂਨੀਆ ਨੇ ਜੰਮਿਆ ਮਾਈਕਰੋ ਪੂਨੀਆ। ਚੱਲ ਬਿੱਟੂ ਬੇਟੇ, ਮੋਰੀ ਦੀ ਇੱਟ ਚੁਬਾਰੇ 'ਚ ਨਹੀਂ ਮੋਰੀ 'ਚ ਠੀਕ ਰਹਿੰਦੀ ਆ।